वाहेगुरु जी का खालसा, वाहेगुरु जी की फतेह, वाहेगुरु जी का खालसा, वाहेगुरु जी की फतेह। अज 2 तरीक है जी, 2 जनवरी 2023। नवे साल दियां बहुत बहुत मुबारकां जी तुहानू सारयां नू। असी आस करदे हां, उम्मीद करदे हां तुसी सारे खुश होवोगे ते सच्चे पातशाह दी कृपा नाल चढ़दी कला च होवोगे। ते असी अरदास भी करदे हां वाहेगुरु तुहानू चढ़दी कला च रखण। ओ अल्लाह, ओ राम, ओ वाहेगुरु, ओ भगवान, तुहाडे सारयां दे सिर ते मेहर भरे हथ रखण, सरबत दा भला करन। कल नू कैंप आ जी, तुसी देख सकदे हो धुंद किन्नी आ, दिखाई नहीं दिंदा कुछ भी, पर इत्थे ओ मावां भी पहुंच रही हैं अपने पुत्तां नू लैके, धीआं नू लैके, जिन्हां दे घरां दे विच ना ठंड ना गर्मी का कोई एहसास हुंदा, उहनां दे धीआं पुत्त ना उहनां नू रोटी पाणी खाण दा, ना पहनण दा, ना बहण दा, ना ठंड दा, ना गर्मी दा एहसास हुंदा। ओ मावां ही ने जिहड़ियां खिच्ची फिरदियां। हां पुत्त, किवें आ, कित्थों आया? मैं मोगे तों आया। किवें आ जी? ਕਿੰਨਾ ਟਾਈਮ ਹੋ ਗਿਆ ਹੁਣ? ਸਤਿ ਸ੍ਰੀ ਅਕਾਲ ਭੈਣੇ। ਮਹੀਨੇ ਚ ਫਰਕ ਆ ਕਿ ਨਾ? ਸੌ ਜਾਂਦਾ, ਕਿਸੇ ਦਿਨ ਰਾਤ ਸੌਂਦਾ ਨਹੀਂ ਸੀਗਾ। ਠੀਕ ਆ, ਕਿਉਂਕਿ ਭੱਜਿਆ ਫਿਰਦਾ ਸੀ, ਹੁਣ ਸੌਂਦਾ। ਕੀ ਨਾਂ ਜੀ ਇਹਦਾ? ਸਤਨਾਮ। ਸਤਨਾਮ, ਕੋਈ ਨਾ ਵਾ, ਇਹਦਾ ਸਾਰੇ ਕੰਮ ਕਰਾਇਆ ਕਰੂ ਘਰੇ ਤੇਰੇ ਨਾਲ, ਠੀਕ ਆ? ਹਾਂ, ਉਹ ਨਾ ਬਾਈ, ਨਾ 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 ਬਾਈ, ਨਾ ਨਾ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ, ਵਾਹਿਗੁਰੂ, ਸਤਿ ਸ੍ਰੀ ਅਕਾਲ। ਕਿਵੇਂ ਆ ਜੀ, ਠੀਕ ਹੋ? ਕੀ ਸਮੱਸਿਆ ਆ ਰਹੀ ਸੀ? ਬਸ ਪਰੇਸ਼ਾਨ ਰਹਿੰਦਾ ਸੀ, ਤਰਪਾਲਾਂ ਲਾਈਆਂ ਮੂਹਰੇ, ਔਰ ਦੇਖੋ ਉਧਰਲਾ ਪਾਸਾ ਸਾਰਾ ਹੁਣ ਬਿਸਤਰਿਆਂ ਨਾਲ ਭਰ ਜਾਣਾ, ਇੱਥੇ ਵੀ ਸਾਰੇ ਬਿਸਤਰੇ ਲੱਗ ਜਾਣੇ ਆ। ਭਾਈ ਬਿਸਤਰੇ ਚੱਕੋ, ਬਿਸਤਰੇ ਲਾਓ, ਪ੍ਰਸ਼ਾਦਾ ਛੱਕ ਲਿਆ? ਹਾਂ, ਬਿਸਤਰੇ ਚਕਾਓ, ਉਧਰੋਂ ਲਾਓ, ਕਿਹੜਾ ਪਾਓ, ਠੰਡ ਆ, ਲਾਓ, ਚਕਾ ਲਿਆਓ ਬਿਸਤਰੇ ਭਾਈ। ਹਾਂ, ਲਿਆਉਂਦੇ ਆ। ਸਤਿ ਸ੍ਰੀ ਅਕਾਲ ਖਾਲਸਾ, ਬਾਈ ਫਤਿਹ। ਬਾਪੂ ਜੀ ਠੀਕ ਹੋ? ਗੁਰਦੀਪ। ਹਾਂ ਬਾਪੂ, ਕਿਵੇਂ? ਇੱਕ ਮੇਰਾ ਭਾਈ ਦਾ ਮੁੰਡਾ ਨਾ, ਉਹ ਬੜਾ ਹੀ ਮੈਟਲ ਹੋ ਗਿਆ, ਉਹ ਬਿਚਾਰੀ ਬੋਲੀ। ਸਤਿ ਸ੍ਰੀ ਅਕਾਲ। ਉਰੇ ਲੈ ਪੁੱਤ, ਪਹਿਲੀ ਵਾਰ ਆਏ ਤੁਸੀਂ? ਸਤਿ ਸ੍ਰੀ ਅਕਾਲ। ਉਹ ਕਿਵੇਂ ਆ ਭਾਈ? ਬੇਗੂ ਵਾਲੀ ਆ। ਕੀ ਨਾਂ ਤੇਰਾ? ਮੈਨੂੰ ਗੁਰਿੰਦਰ ਸਿੰਘ। ਪਿੰਡ ਕਿਹੜਾ? ਬੇਗੂ ਵਾਲ। ਉਹ ਬਾਪ, ਦਰਾਏ ਕੋਲੇ। ਠੀਕ ਆ, ਕੀ ਕੰਮ ਕਰਦਾ ਗੁਰਦੀਪ? ਗੁਰਦੀਪ, ਉਹ ਗੁਰਦੀਪ ਗੱਲ ਤਾਂ ਸੁਣ, ਜੱਫੀ ਤਾਂ ਪਾ ਲਾ ਯਾਰ, ਭਰਾ ਵਾ ਯਾਰ ਤੂੰ ਮੇਰਾ, ਹੈ ਭਰਾ ਵਾ ਤੂੰ ਮੇਰਾ, ਮੈਂ ਤਾਂ ਤੇਰੇ ਦਰਸ਼ਨ ਕਰਨ ਨੂੰ ਤਰਸਿਆ ਪਿਆ ਸੀ, ਤੂੰ ਆ ਗਿਆ ਇੱਥੇ, ਤੇਰਾ ਬਹੁਤ ਧੰਨਵਾਦ ਬਾਈ। ਕਹਿ ਵਾਹਿਗੁਰੂ, ਵਾਹਿਗੁਰੂ ਜੀ ਕੀ ਪਾਤੀ ਮੇਰੇ ਦਰਸ਼ਨ ਕਰਨ ਦੱਸੀ ਹੋਈ ਕਿਵੇਂ? ਹਾਂ ਬਾਈ, ਸੱਚੀ ਮੈਂ ਤੇਰੇ ਦਰਸ਼ਨਾਂ ਨੂੰ ਤਰਸਿਆ ਪਿਆ ਸੀ ਗੁਰਦੀਪ, ਪਤਾ ਨਹੀਂ ਕਿਹਦਾ ਲੈਟ ਆ। ਬੰਦ ਕਰੋ ਯਾਰ ਇਹਨੂੰ, ਆ ਕੀ ਕਰਨਾ? ਉਹ ਲੈਟ ਮਾਰਾ ਪਰ ਇਹਨੂੰ ਕਰ, ਲੈਟ ਨਹੀਂ ਮਾਰਨੀ ਗੁਰਦੀਪ, ਗੱਲ ਸੁਣ ਮੇਰੀ, ਕਰ ਵੀਰੇ ਨੂੰ ਗੱਲ ਸੁਣ ਗੁਰਦੀਪ, ਕਰ ਸੈਲਫੀਆਂ, ਉਹ ਗੁਰਦੀਪ ਗੱਲ ਕਰ, ਬੰਦ ਕਰੋ ਸੈਲਫੀਆਂ। ਠੀਕ ਹੈ ਗੁਰਦੀਪ, ਕਰਤੀ ਗੱਲ ਤਾਂ ਸੁਣ ਲੈ ਮੇਰੀ, ਮੈਂ ਤਾਂ ਤੇਰੇ ਦਰਸ਼ਨਾਂ ਨੂੰ ਤਰਸਿਆ ਪਿਆ ਸੀ ਬਾਈ, ਸੱਚੀ ਕਹਿੰਦਾ, ਮੈਂ ਮਜ਼ਾਕ ਨਹੀਂ ਕਰਦਾ। ਵਾਹਿਗੁਰੂ ਕਹੇ, ਚੱਲ ਵਾਹਿਗੁਰੂ, ਚੱਲ ਵਾਹਿਗੁਰੂ ਨਹੀਂ ਕਹਿ, ਵਾਹਿਗੁਰੂ ਵਾਹਿਗੁਰੂ ਕਹਿ, ਵਾਹਿਗੁਰੂ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਗੁਰਪ੍ਰਸ਼ਾਦ ਗੁਰਪ੍ਰਸ਼ਾਦ ਜਪ, ਤੁਸੀਂ ਆਪੇ ਕਹਿ ਦੋ। ਉਹ ਨਹੀਂ ਯਾਰ, ਲੈ ਤੇ ਤੋਂ ਕਹਣਾ, ਤਾਂ ਹੀ ਤਾਂ ਤੇਰੇ ਦਰਸ਼ਨਾਂ ਨੂੰ ਤਰਸਿਆ ਪਿਆ ਸੀ ਮੈਂ ਵੀਰੇ, ਸੈਲਫੀ ਯਾਰ ਤੇ ਉਹ ਤੁਹਾਨੂੰ ਕਿਹਾ ਸੈਲਫੀ ਨਾ ਮਾਰ ਦੋ, ਚੱਲ ਕੋਈ ਨਹੀਂ, ਗੁਰਦੀਪ ਪਾਠ ਕਰਨਾ, ਆਪਾਂ ਕਿਹੜਾ ਗਲਤ ਕੰਮ ਕਰਨਾ। ਇੱਕ ਓਂਕਾਰ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਗੁਰਪ੍ਰਸ਼ਾਦ ਜਪ ਆਰ ਸੱਚ, ਹੈਪੀ ਸੱਚ, ਇੰਨਾ ਕੰਮ ਆ ਭਾਈ, ਆਹ ਕਰਿਆ ਕਰ। ਅੱਛਾ ਠੀਕ, ਤੂੰ ਤਾਂ ਗੁਰਦੀਪ ਸਿੰਘ ਰੱਬ ਆ ਬੰਦਾ ਰੱਬ, ਠੀਕ ਆ, ਇਹਨਾਂ ਨੂੰ ਨੀ ਪਤਾ, ਕਹਿੰਦੇ ਜਿਨ੍ਹਾਂ ਦੇ ਘਰੇ ਰੱਬ ਆ ਉਹ ਬਾਹਰ ਲੱਭਦੇ ਫਿਰਦੇ ਆ, ਹੈ ਠੀਕ ਆ ਨਾ। ਕਰ ਜਾ ਕਰ, ਤੂੰ ਤਾਂ ਯਾਰ ਆ ਸਾਡਾ ਯਾਰ ਪੁਰਾਣਾ, ਹੈ ਰੱਬਾ, ਕੋਈ ਨਾ ਭੈਣੇ ਬਾਬਾ ਨਾਨਕ ਮਿਹਰ ਕਰੂਗਾ ਤੇਰੇ ਘਰ, ਫਿਕਰ ਨਾ ਕਰ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਠੀਕ ਠਾਕ ਨੇ ਜੀ ਸਾਰੇ? ਸਾਰੇ ਠੀਕ, ਠੀਕ ਹੈ ਜੀ।
ਜਿਹੜੇ ਆਏ ਨੇ ਭੈਣ ਭਰਾ ਸਾਡੇ ਪੁਰਾਣੇ ਜਿਹਨਾਂ ਦੀ ਦਵਾਈ ਚੱਲਦੀ ਹੈ ਠੀਕ ਹੈ ਬੇਬੇ ਸਤਿ ਸ੍ਰੀ ਅਕਾਲ ਠੀਕ ਆ ਹਾਂ ਠੀਕ ਸ਼ੁਕਰ ਆ ਮੇਰੀ ਮਾਂ ਦਾ ਹਾਂ ਵੀ ਪੁੱਤਰਾ ਤੂੰ ਸੁਣਾ ਕਿਵੇਂ ਆ ਠੀਕ ਆ ਠੀਕ ਆ ਹੁਣ ਠੀਕ ਆ ਭਾਜੀ ਹਾਂਜੀ ਹਾਂਜੀ ਕਿਵੇਂ ਭੈਣ ਠੀਕ ਹੈ ਕੱਲ ਬੋਲ ਠੀਕ 1 ਮਿੰਟ ਪਹਿਲੀ ਵਾਰ ਆਏ ਕਿੱਥੋਂ ਕਾਹਾਂ ਦੇ ਲੁਧਿਆਣਾ ਸੇ ਹਾਂਜੀ 1 ਮਿੰਟ ਰੁਕੋ हां भाई ऐसी दिखा भैया थे ओए हां ढीली है जी बोल बोलो भैया ऐसी ऐसी दिखा वो देखो क्या नाम है क्या नाम है जी बोल बोल नहीं पावती है पहली बार आए हो हां पहली बार आए बाथरूम कर लेता मतलब बताता नहीं है कोई बात ऐसे बाजू पकड़ता है तो सुबह डॉक्टर को दिखाएंगे ठीक है सब ठीक हो जाएगा सत श्री अकाल भैने सत श्री अकाल भाई सब भगवान की कृपा हो जाएगी सब हाँ भाई गुड़िया ठीक है तू कितो आई है भाई तू महेंद्र की होया इनू बस जमा सुती रहंदी है कितने टाइम तू इदा कर रही है 6-7 महीने ਪਹਿਲਾਂ ਠੀਕ ਸੀ ਬਿਲਕੁਲ ਪੜ੍ਹਦੀ ਸੀ ਹਾਂ ਕਲਾਸ 2 ਪੜ੍ਹਦੀ ਪੇਪਰ ਵੀ ਦਿੱਤੇ ਆ ਠੀਕ ਆ ਇਹਦੇ ਨਾਨਕਿਆਂ ਚ ਜਾਂ ਇਹਦੇ ਦਾਦਕਿਆਂ ਚ ਕੋਈ ਸੀਗਾ ਇਦਾਂ ਪਹਿਲਾਂ ਨਾ ਕੋਈ ਸੋਚ ਕੇ ਦਾਦਾ ਦਾਦੀ ਨਾਨਾ ਨਾਨੀ ਮਾਮਾ ਮਾਸੀ ਭੂਆ ਚਾਚਾ ਤਾਇਆ ਤੁਹਾਡਾ ਭਰਾ ਕੋਈ ਕੀ ਨਾਂ ਇਹਦਾ ਪਰਮਜੀਤ ਠੀਕ ਹੋ ਜਾਣਾ ਪਰਮਜੀਤ ਨੇ ਕੋਈ ਆਪਾਂ ਦਵਾਈ ਸ਼ੁਰੂ ਕਰਾਉਣੇ ਕੱਲ ਨੂੰ ਪਰਮਜੀਤ ठीक हो जाना मेरी भैन तू अच्छा कोई ना बाबा जी मेहर करने की मेरी भैन कोई ना सवेरे मिलते हैं बाबे सत श्री अकाल जी भैन ठीक है ठीक है बापू कितों आया बापू तू तो यार रब भर गई है परमात्मा कितने बच्चे कितने बच्चे बापू तेरे मेरे चार मुंडे जी चार ही कुड़ियां चार ही कुड़ियां ये बीमार रहंदी है ते बाकी ब्याह हुए ने सारे हां जी हां जी मनदीप किन्ना पढ़ी है तू दस पढ़ी केड़े सन च दसवीं की बर्थ केड़े सन दा 13-12-1984 दा ठीक है मनदीप ठीक हो जाना भेने तू वाहेगुरु वाहेगुरु ठीक करे मेरी भैन ठीक है कोई ना बापू फिक्री ना कर तू आसरा तेरा बापू साडा ज्यादा तेरा आसरा सत श्री अकाल भेने ठीक है फिर ठीक है हम दवाई खाने अगे ना फर्क हां जी मां किवें हुण ठीक है चलो जांदी वादी रहे बाबा नानक मेहर करे टोकन लिया है फोन मैंने सुन लगा नहीं तो कराओ हल सवेर दिक्कत आऊ बेचारे मामे का पोता गया थी। तू फिर कर बापू कल रुक जा फिर जाई ना परसों कोई ना फिर आप चला गे लेके आवे तेरा लांबा ला देंगे इन्नी ठंड दे विच इन्नी धुंद दे विच देखो किवें है ना संगतां एड्डी दूरों दूरों कोई फिरोजपुर तो कोई पटियाले तो कोई अमृतसर तो श्रीनगर तो कोई जम्मू तो कोई राजस्थान तो कोई गंगानगर तो कोई हरियाणे तो ऐदा आए हुए ने लोग है ना किवें सुखमन ये साडा टीम दा मैंबर है जी सुखमन इहनू वीर नू परमात्मा ने ड्यूटी लाई आ साडे नू सेवा लाई है पहला दवाइया की ड्यूटी से हम कपड़िया की ड्यूटी से है ना
इधर हम प्रशादा देखो आ सामने प्रशादे दी लाइना लगी हैं प्रशादे च भी बैठे बंदे दींदे नहीं देखो किन्नी धुंद आ ओह ते कर इन्ने के एरिए च जिवें आह 30-35 फुट दे एरिए दे विच ही बंदे इक दूजे तों बैठे दिखदे नहीं गे कहिंदे हत्थां नूं हत्थ नहीं दिखदे इन्नी धुंद हो गई आ ते मास्टर राजवंत आ गया साडा जी ब्याह तों ਇਧਰ ਹੁਣ ਜਿਹੜੇ ਸਾਡੇ ਪੱਕੇ ਇੱਥੇ ਟੈਂਪਰੇਰੀ ਪੇਸ਼ੈਂਟ ਨੇ ਜਿਹੜੇ ਇੱਥੇ ਰਹਿੰਦੇ ਨੇ ਜਿਨ੍ਹਾਂ ਨੂੰ ਪਿਛਲੇ ਕੈਂਪ 'ਚ ਜਾਂ ਉਸ ਤੋਂ ਪਿਛਲੇ ਕੈਂਪ 'ਚ ਰੱਖਿਆ ਸੀ ਅਸੀਂ ਹੈ ਨਾ ਇਹ ਉਹਨਾਂ ਦੀ ਵਾਰਡ ਆ ਆਹ ਲਿਖਿਆ ਹੋਇਆ ਬਾਹਰ ਵਾਰਡ ਦੇ ਇਹ ਵਾਰਡ ਬਾਹਰੋਂ ਆਏ ਮਰੀਜ਼ਾਂ ਵਾਸਤੇ ਕੁਝ ਦਿਨਾਂ ਦੇ ਰਹਿਣ ਲਈ ਹੈ ਜੀ ਟੈਂਪਰੇਰੀ ਵਾਰਡ ਰਮਾ ਲੜੀ ਜਾਂਦੀ ਤੂੰ ਕੇਕ ਪਿੱਛੇ ਸਤਿ ਸ੍ਰੀ ਅਕਾਲ ਮਨਜੀਤ ਸਿਆ ਇਹ ਨਾਨੀ ਕੈਸਾ ਹੈ ਠੀਕ ਹੈ ਨਾਨੀ ਤੁਮਕੋ ਥੋੜਾ ਪਿਆਰ ਕਰਨਾ ਹੈ ਹਮ ਠੀਕ ਹੈ ਨਾਨੀ ਬਛੜ ਕਾ ਚੀਜ ਹੈ ਨਾ ਠੀਕ ਹੈ ਨਾਨੀ ਠੀਕ ਹੈ ਨਾਨੀ ਬੋਲਾ ਮੈਂ ਬੇਟਾ ਸੇ ਮੇਰੀ ਵਾ ਬੇਟਾ ਅਰੇ ਠੀਕ ਹੈ ਬੇਟਾ ਤੂੰ ਦੁਖੀ ਹੈ ਅਰੇ ਨਹੀਂ ਬੁਰੀ ਦੇ ਰਾਨੂ ਲਗਾ ਤੇ ਲਗਾ ਤੇ ਅਰੇ ਨਹੀਂ ਨਹੀਂ ਬੇਟਾ ਬਿਲਕੁਲ ਖੁਸ਼ ਹੈ ਖੁਸ਼ ਹੈ ਕਿਵੇਂ ਆ ਭਾਈ ਰਮਨ ਠੀਕ ਹੈ ਤੂੰ ਇਹ ਵੀ ਬਹੁਤ ਵਿਚਾਰੀ ਮੈਂਟਲੀ ਅਪਸੈਟ ਇੱਧਰ ਵੀ ਦੇਖੋ ਜੀ ਆਉਣਾ ਰਮਾਨ ਇੱਧਰ ਵੀ ਦੇਖੋ ਜਿੱਥੇ ਜਿੱਥੇ ਸਾਡੇ ਕੋਲੇ ਜਗ੍ਹਾ ਉੱਥੇ ਉੱਥੇ ਅਸੀਂ ਬੈੱਡ ਭਰੇ ਹੋਏ ਆ ਦੇਖੋ ਕਹਿੰਦਾ ਜੀ ਆ ਦੇਖੋ ਉਹ ਤੱਕਰ ਬੈੱਡ ਭਰੇ ਹੋਏ ਨੇ ਸਾਰੇ ਇੱਕ ਵੀ ਬੈੱਡ ਲਾਉਣ ਨੂੰ ਸਪੇਸ ਨਹੀਂ ਹੈਗੀ ਪਰ ਪਰਮਾਤਮਾ ਜਦੋਂ ਵੀ ਸਾਡੇ ਨਾਲ ਕੋਈ ਕਿਸੇ ਹੋਰ ਨਵੇਂ ਮੈਂਬਰ ਨੂੰ ਜੋੜਦਾ ਜਿਹਨੂੰ ਲੈ ਕੇ ਆਈਦਾ ਜਾਂ ਛੱਡ ਕੇ ਜਾਂਦਾ ਕੋਈ ਬਾਈ ਆਪਣੇ ਆਪ ਹੀ ਅਸੀਂ ਕੋਈ ਜਗ੍ਹਾ ਬਣ ਜਾਂਦੀ ਆ ਮੰਜਿਆਂ ਦੇ ਬਿੱਡਾਂ ਦੇ ਨਾਲ ਬੈੱਡ ਜੋੜ ਜੋੜ ਕੇ ਲਾਈ ਜਾਂਦੇ ਆ ਜੀ ਪਰ ਆਵਾਜ਼ ਕੋਮਲ ਜੀ ਕਿਵੇਂ ਲੈ ਲਈਆਂ ਜੈਕਟਾਂ ਦੋ ਚਾਰ ਠੀਕ 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 ਧੁੰਦ ਬਹੁਤ ਜ਼ਿਆਦਾ ਠੰਡ ਵੀ ਬਹੁਤ ਜ਼ਿਆਦਾ ਕੱਲ ਹੁਣ ਕੈਂਪ ਦੇ ਵਿੱਚ ਰਸ਼ ਪਿਛਲੇ ਕੈਂਪ 'ਚ ਬਹੁਤ ਜ਼ਿਆਦਾ ਸੀ 1600 ਤੋਂ ਵੱਧ ਮਰੀਜ਼ ਆ ਗਿਆ ਹੁਣ ਇੰਨੇ ਮਰੀਜ਼ਾਂ ਨੂੰ ਦਵਾਈਆਂ ਦੇਣੀਆਂ ਸਾਂਭਣਾ ਇੱਕਦਮ ਇੱਕ ਦਿਨ ਦੇ ਵਿੱਚ ਦੀ 1600 ਮਰੀਜ਼ ਨੂੰ ਦਵਾਈ ਪੈਕ ਕਰਕੇ ਦੇਣੀ ਸਾਡੇ ਲਈ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਵਾ ਪਰ ਦੇਖੋ ਅੰਦਰ ਨੂੰ ਝਾਕੋ ਕਿਵੇਂ ਬੰਦੇ ਨਹੀਂ ਦਿਖਦੇ ਅੰਦਰ ਦੇਖੋ ਜਵਾਕ ਖੇਡਦੇ ਫਿਰਦੇ ਆ ਕੇਕ ਕੱਟਣਾ ਸੀਗਾ ਅੱਜ ਸਾਡੇ ਟੀਮ ਦੇ ਮੈਂਬਰ ਦਾ ਰੋਮੀ ਦਾ ਅੱਜ ਜਨਮ ਦਿਨ ਆ ਹਰਸਿਮਰਨ ਦਾ ਜਨਮ ਦਿਨ ਆ ਸੀਰਤ ਦਾ ਜਨਮ ਦਿਨ ਸਾਡਾ ਟੀਮ ਦਾ ਮੈਂਬਰ ਸੁੱਖਾ ਵੀਰ ਸਵਰਗਵਾਸੀ ਸੁੱਖਾ ਸਿੰਘ ਕੌਂਕਿਆਂ ਤੋਂ ਉਹਨਾਂ ਦੀ ਬੇਟੀ ਦਾ ਜਨਮ ਦਿਨ ਅੱਜ ਤੇ ਆ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋਰ ਬੱਚੇ ਠੀਕ ਹੋ ਪੁੱਤ ਕੱਟ ਲਿਆ ਕੇਕ ਕੱਟ ਲਿਆ ਕੱਟਿਆ ਨੀ ਕੇਕ ਹਜੇ ਕੱਟ ਰਹੇ ਆ ਕਰ ਰਹੇ ਆ ਕਰ ਰਹੇ ਹਾਂਜੀ ਓਏ ਹਰਮਨ ਹੱਥ ਲਾਈ ਜਾਂਦਾ ਓਏ ਆ ਗਈ ਬਾਈ ਫਿਰਦੀ ਆਰਤੀ ਆਰਤੀ ਦੇਖੋ ਜੀ ਬੰਦਾ ਬਣ ਗਈ ਆਰਤੀ ਆਰਤੀ ਨੂੰ ਕਿਸੇ ਨੇ ਕਿਹਾ ਕਹਿੰਦਾ ਬੰਦਾ ਬਣ ਜਾ ਬੰਦਾ ਇਹਨੇ ਕੋਟ ਪਾ ਲਿਆ ਵੱਡਾ ਸਾਰਾ ਕਹਿੰਦੀ ਮੈਂ ਬੰਦਾ ਬਣ ਗਈ ਇਹ ਕਿਹਦਾ ਕੋਟ ਆ ਅਨਮੋਲ ਦਾ ਕੋਟ ਚ ਵੜ ਗਈ ਤੂੰ ਆ ਦੇਖੋ ਜੀ ਹੁਣ ਆਰਤੀ ਸਾਡੀ ਚੱਕੇ ਉਹ ਉਧਰ ਸੁੱਟਦੀ ਕੰਧੋਂ ਪਾਰ ਇਹਨੂੰ ਐਸੀ ਸੁੱਟਦੀ ਇਹਨੂੰ ਇੱਥੋਂ ਚੱਕ ਕੇ ਏਦਾਂ ਸੁੱਟਦੀ ਹੋ ਗਈ ਆਰਤੀ ਐਸੀ ਸਾਹਿਬ ਜੋਤ ਨੂੰ ਸੁੱਟਦੀ ਸਾਹਿਬ ਜੋਤ ਛੱਡਦਾ ਤੈਨੂੰ
तेरी टोपियां कितने हैं पजामे टोपियां कितने तेरी टोपी पत्ते ठंड नहीं लगी तेनू ठंड नहीं लगती थले दी पाया नहीं कोई नंगी पुंगी फिर तू मोटे पा ये थोड़े मोटे पाओ थले दी अच्छा बॉडी वार्मर नहीं पाया है ये थले दी अरे आज ही ठंड ज्यादा साहब जो तो फैशन नहीं करने पाई हुई हो की पाई थले दिखाई था ये मोटी थोड़ी तो पतली जी है यार तेरे यार की हुई है तेरे की पाया हो तेरे पाया थे कपड़े मोटे तुमने पाए नहीं मोटी जी नहीं पाएंगे कि नहीं पाएंगे ना कर लो पाएंगे ना कर लो पक्का पक्का चुंडी पड़ना पुत पा लेना ठंड लग जाऊ पुत बीमार आरता नहीं है कितनी बीमार होगी सी देख ला पुत टौर नु किसी ने नहीं देखना थोड़ी नु ठीक है ओ मोटिया पाएंगे ना तेरे पाया ना मोटे कपड़े तेरे पाया मोटे खुरकी पाए थोड़े ऐसे नहीं पाए फैशन वाली ऐसे नहीं पाए एक ऐसे नहीं पाए फैशन वाली आरती देख लो ले देखो इन्हू देखो ये ठंड तो बचन की मारी देखो की पाउंदी आरती साडी देखो 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 चल आरती घूम के आइए चलो भाई घूम के आ गए घूमे ਕਿੱਥੇ ਲੁਧਿਆਣੇ ਨੋ ਇੱਕ ਯੈਸ ਨੋ ਬਹੁਤ ਕਰ ਰਿਹਾ ਅੱਜ ਕੱਲ ਸਾਡੇ ਜਵਾਕ ਹੈ ਨਾ ਜੇ ਕੋਈ ਯੈਸ ਨੋ ਯੈਸ ਨੋ ਇਧਰ 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 ਸਮਾਨ ਇੱਥੇ ਆ ਗਿਆ ਤੇਰੇ ਕੀ ਪਾਇਆ ਮੋਟੇ ਕੱਪੜੇ ਤੇਰੇ ਵੀ ਥੱਲੇ ਦੀ ਕੁਛ ਵੀ ਨੀ ਪਾਇਆ ਹੋਇਆ ਬਿਮਾਰ ਨੇ ਬਿਮਾਰ ਰੋ ਕੇ ਨਹਾਉਂਦੀ ਆ ਰੋ ਕੇ ਨਹਾਉਂਦੀ ਨਹਾਉਂਦੀ ਤਾਂ ਹੈਗੀ ਆ ਨਾ ਬੁੱਤ ਸੁਮਨ ਦਵਾਈ ਵੀ ਲਵਾਉਣੀ ਆ ਰੋਜ਼ ਨਹਾਉਣਾ ਵੀ ਆ ਠੀਕ ਆ ਸੁਮਨ ਠੀਕ ਆ ਜਿਹੜੇ ਪੁੱਤ ਅੱਛੇ ਬੱਚੇ ਹੁੰਦੇ ਨਾ ਜਿਹੜੇ ਉਹ ਰੋਜ਼ ਨਹਾਉਂਦੇ ਅੱਛਾ ਨਾਲੇ ਮੋਟੇ ਕੱਪੜੇ ਪਾਉਂਦੇ ਆ ਪੁੱਤ ਠੀਕ ਆ ਪਾਏਂਗੇ ਨਾ ਪਾਏਂਗੇ ਨਾ ਕੱਲ ਫਿਰ ਬਾਈ ਨੇ ਨਹੀਂ ਤੇ ਘੁੰਮਣ ਨੀ ਲੈ ਕੇ ਜਾਣਾ ਕਿਤੇ ਵੀ ਅੱਜ ਮੈਂ ਲੈ ਕੇ ਗਿਆ ਸੀ ਨਾ ਘੁੰਮਣ ਤੁਹਾਨੂੰ ਫਿਰ ਗਾਂ ਤੋਂ ਮੈਂ ਲਿਜਾਇਆ ਨੀ ਕਰਨਾ ਜੇ ਮੋਟੇ ਕੱਪੜੇ ਨੀ ਪਾਉਣੇ ਸਮਝ ਗਈ ਤੈਨੂੰ ਕਹਿੰਦਾ ਤੈਨੂੰ ਉਹ ਤੂੰ ਵੀ ਸਾਹਿਬ ਜੋ ਕੱਲ ਨੂੰ ਮੈਂ ਘੁੰਮਣ ਲੈ ਕੇ ਜਾਣਾ ਨਹੀਂ ਤਾਂ ਫਿਰ ਮੈਂ ਲੈ ਕੇ ਨੀ ਜਾਣਾ ਜੇ ਤੁਸੀਂ ਮੋਟੇ ਕੱਪੜੇ ਨਾ ਪਾਏ ਠੀਕ ਆ ਜਾਓ ਸਾਕਸ਼ੀ ਕੇ ਕਟਾ ਕੇ ਨਾ ਦੁਬਾਰਾ ਚ ਇਹਨਾਂ ਨੂੰ ਕੱਪੜੇ ਮੋਟੇ ਪਵਾ ਕੇ ਫਿਰ ਪਾਉਣਾ ਇਹ ਸਾਹਿਬ ਜੋਤ ਨੂੰ ਇਹਨੂੰ ਤੇ ਮੋਟੋ ਨੂੰ ਤਿੰਨਾ ਜਾਣੀਆਂ ਨੂੰ ਠੀਕ ਹੈ ਮੋਟਿਆ ਠੀਕ ਹੈ ਮੋਟਿਆ ਚਲੋ ਆਜੋ ਵੀ ਕੇਕ ਕੱਟ ਦਈਏ ਭਾਈ ਮਾਸਟਰ ਜੀ ਆਜੋ ਕੇਕ ਕੱਟੀਏ ਤੁਹਾਡਾ ਮਾਸਟਰ ਜੀ ਜਨਮ ਦਿਨ ਸੀ ਤੁਹਾਡਾ ਕੱਲ ਸੀਗਾ ਚਲੋ ਕੋਈ ਗੱਲ ਨਹੀਂ ਮੰਮੀ ਤੋਂ ਬਿਨਾ ਬੰਦੇ ਬਹੁਤ ਬੈਠੇ ਆ ਜੀ ਥੋਲੋ ਮਾਸਟਰ ਜੀ ਇਹ ਵੀ ਮਾਸਟਰ ਆ ਰੋਮੀ ਮਾਸਟਰ ਜੀ ਹਾਂਜੀ ਹਾਂਜੀ ਦੱਸਿਆ ਸੀਗਾ ਜਿਹੜੇ ਆ ਰਹੇ ਇਹਨਾਂ ਨੇ ਤਾਂ ਬਾਲੀਆਂ ਵੱਡੀਆਂ ਪਲਾਂਗਾਂ ਪੁੱਟੀਆਂ ਮਹਾਰਾਜ ਨੇ ਇੱਕ ਤੁਸੀਂ ਤਾਂ ਪੜ੍ਹ ਪੜ੍ਹ ਕੇ ਮਾਸਟਰ ਬਣੇ ਆ ਬਿਨਾ ਪੜ੍ਹੇ ਤੋਂ ਬਣੇ ਆ ਮਹਾਰਾਜ ਕਿੱਡੀ ਵੱਡੀ ਪ੍ਰਾਪਤੀ ਆ ਤੁਹਾਨੂੰ ਜੀ ਲੈ ਓਏ ਅੱਜ ਹਰ ਸਿਮਰਨ ਤੇ ਹਰ ਸੀਰਤ ਸਾਡੀ
ਸਾਡੀ ਹਰਸੀਰਤ ਕੌਰ ਕੌਂਕਿਆਂ ਤੋਂ ਆ ਬੱਚੀ ਸਾਡੀ ਧੀ ਰਾਣੀ ਸਾਡੇ ਟੀਮ ਦੇ ਮੈਂਬਰ ਸਵਰਗਵਾਸੀ ਸਰਦਾਰ ਇੱਧਰ ਆ ਇੱਧਰ ਆ ਸੁੱਖੇ ਦਾ ਪਰਿਵਾਰ ਸਾਡੇ ਵੀਰ ਦਾ ਇੱਕੀ ਦਾ ਸੁਪ੍ਰੀਤ ਕੌਰ ਹੈਂ ਸੁਪ੍ਰੀਤ ਕੌਰ ਤੇ ਜਪਜੀਤ ਕੌਰ ਅੱਛਾ ਕਿਉਂ ਡੱਬਾ ਪੁੱਤ ਆਪਣੇ ਨੂੰ ਕਰ ਦੇ ਪੁੱਤ ਆ ਜਾਓ ਬਈ ਸਿਮਰਨ ਰੋਮੀ ਆ ਰਹੀ ਹਰਸਿਮਰਨ ਕਿੱਥੇ ਆ ਕੌਰ ਤੇ ਇਹ ਕੌਣ ਨੇ ਜਪਜੀਤ ਕੌਰ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਨਮ ਦਿਨ ਆ ਜੀ ਸਾਡੇ ਮਾਸਟਰ ਬਲਵਿੰਦਰ ਸਿੰਘ ਜੀ ਦਾ ਰੋਮੀ ਦਾ ਵੀਰ ਦਾ ਸਾਡੇ ਦਾ ਛੋਟੇ ਭਰਾ ਦਾ ਹਰਸਿਮਰਨ ਕਿੱਥੇ ਆ ਤੇਰੀ ਵਾਲੇ ਕੁੱਪ ਚ ਲੁਕਿਆ ਬੈਠਾ ਸੀ ਅੰਦਰ ਕਈ ਦਿਨਾਂ ਤੋਂ ਉੱਥੇ ਮੁੰਡੇ ਵਾਲੀਬਾਲ ਖੇਡਦੇ ਸੀ ਉਹਨਾਂ ਨੇ ਦੇਖਿਆ ਵੀ ਕੁੱਪ ਦੇ ਵਿੱਚ ਕੋਈ ਹੈਗਾ ਤਾਂ ਉਹਨਾਂ ਨੇ ਇਹਨੂੰ ਅੰਦਰੋਂ ਕੱਢਿਆ ਇਹਨੂੰ ਪੁੱਛਿਆ ਇਹ ਦੱਸਿਆ ਵੀ ਮੇਰੀ ਭੈਣ ਵੀ ਬਾਹਰ ਆ ਯੂ ਐਸ ਏ ਚ ਮੇਰੀ ਇੱਕ ਭੈਣ ਆਸਟ੍ਰੇਲੀਆ ਚ ਇੱਕ ਕੈਨੇਡਾ ਚ ਆ ਮੰਮੀ ਵੀ ਮੇਰੀ ਕੈਨੇਡਾ ਚ ਆ ਪਰ ਮੈਨੂੰ ਘਰੇ ਕੋਈ ਸੰਭਾਲਦਾ ਨੀ ਫਿਰ ਇਹ ਵੀਰ ਨੂੰ ਇੱਥੇ ਲੈ ਆਏ ਉਹ ਜਨਮ ਦਿਨ ਸੀਗਾ ਜੀ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਕੱਲ ਅਸੀਂ ਕੇਕ ਨਹੀਂ ਸੀ ਕੱਟ ਸਕੇ ਕੱਲ ਰਾਤ ਆਏ ਹਾਂ ਲੇਟ ਕਾਫੀ ਜ਼ਿਆਦਾ ਤੇ ਕੱਲ ਅੱਛਾ ਗੁਰਫਤਿਹ ਦੇ ਨਾਲ ਹੀ ਕੱਟਦੇ ਹਾਂ ਤੇ ਨਾਲੇ ਅੱਜ ਰੋਮੀ ਪੁੱਤ ਦਾ ਵੀ ਜਨਮ ਦਿਨ ਆ ਸਾਡੇ ਦਾ ਹਨਾ ਕੱਲ ਸੀਗਾ ਵੀ ਅਸੀਂ ਅੱਜ ਕੇਕ ਕੱਟ ਰਹੇ ਹਾਂ ਤੇ ਇਹ ਹਰਸੀਰਤ ਕੌਰ ਆ ਸਾਡਾ ਟੀਮ ਦਾ ਮੈਂਬਰ ਆ ਸਵਰਗਵਾਸੀ ਵੀਰ ਸਾਡਾ ਸੁੱਖਾ ਸਿੰਘ ਕੌਂਕਿਆਂ ਤੋਂ ਉਹਦੀ ਬੇਟੀ ਆ ਤੇ ਹਰਸਿਮਰਨ ਸਾਡੀ ਟੀਮ ਦਾ ਮੈਂਬਰ ਆ ਜਿਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਸੀ ਵੀਰ ਬਹੁਤ ਮਾੜੀ ਹਾਲਤ ਸਾਨੂੰ ਮਿਲਿਆ ਸੀ ਤੇ ਕੱਲ 1 ਜਨਵਰੀ ਦਾ ਜਨਮ ਦਿਨ ਸੀਗਾ ਸਾਡੇ ਗੁਰਫਤਿਹ ਸਿੰਘ ਦਾ ਸਾਡੇ ਪਰਿਵਾਰ ਦਾ ਉਹ ਮੈਂਬਰ ਆ ਬੱਚਾ ਜਿਹੜਾ ਜਦੋਂ ਪਹਿਲੇ 2016 ਦੇ ਵਿੱਚ 2017 ਚੜਿਆ ਸੀ ਇਸ ਦਿਨ ਕਿਉਂਕਿ 16 ਮਈ 'ਚ ਤਾਂ ਸੇਵਾ ਸ਼ੁਰੂ ਹੋਈ ਆ ਪਹਿਲਾ ਸਾਲ ਸਾਡਾ 2017 ਦੇ ਸੀ ਜਨਵਰੀ ਦਾ ਤੇ ਉਹਦੇ ਵਿੱਚ ਜਨਮਦਿਨ ਮਨਾਉਣ ਆਏ ਸੀ ਰਾਜਵੰਤ ਸਿੰਘ ਘੋਲੀਆ ਸਾਡਾ ਵੀਰ ਉਦੋਂ ਦਾ ਮੈਂਬਰ ਬਣਿਆ ਹੋਇਆ ਇਹਦੇ ਬੇਟੇ ਦਾ ਜਨਮਦਿਨ ਸੀ ਪਹਿਲਾ ਗੁਰਫਤਿਹ ਸਿੰਘ ਦਾ ਤੇ ਉਹ ਉੱਥੇ ਸਾਡੇ ਕੋਲ ਕੇਕ ਕੱਟਿਆ ਸੀ ਉਦੋਂ ਤੋਂ ਲੈ ਕੇ ਲਗਾਤਾਰ ਹਰ ਸਾਲ 17 ਦਾ 18 ਦਾ 19 ਦਾ 20 ਦਾ 21 ਦਾ 22 ਦਾ ਇਹ ਸਾਰੇ ਕੇਕ ਹਰ ਗੁਰਫਤਿਹ ਦੇ ਇੱਥੇ ਕੱਟੇ ਜਾਂਦੇ ਸੀ ਸਾਡਾ ਨਵਾਂ ਸਾਲ ਵੀ ਸਪੈਸ਼ਲ ਹੋ ਜਾਂਦਾ ਜਿਵੇਂ ਵੀਰ ਹੋਣੀ ਪ੍ਰਸ਼ਾਦੇ ਦੀ ਵੀ ਪ੍ਰੋਪਰ ਸਾਰੀ ਡਿਊਟੀ ਨਿਭਾਉਣ ਦੇ ਨਾਲ ਜਦੋਂ ਪਹਿਲੀ ਵਾਰੀ ਲੈ ਕੇ ਆਏ ਸੀ ਇਹਨਾਂ ਨੇ ਉੱਥੇ ਪਨੀਰ ਲੈ ਕੇ ਆਏ ਸੀ ਮਟਰ ਲੈ ਕੇ ਆਏ ਸੀ ਇੱਥੇ ਆ ਕੇ ਤੜਕੇ ਲਾ ਕੇ ਮਟਰ ਪਨੀਰ ਦੀ ਸਬਜ਼ੀ ਬਣਾ ਲਈ ਸੀ ਉਦੋਂ ਸਾਡੇ ਕੋਲ 35-40 ਕੀ ਮੈਂਬਰ ਸੀਗੇ ਇੱਧਰ ਆ ਜਾ ਹਰਸਿਮਰਨ ਤੇ ਖੀਰ ਖੂਰ ਬਣਾਈ ਸੀ ਹੈ ਨਾ ਸਬਜ਼ੀਆਂ ਦੇ ਨਾਲ ਉਸ ਟਾਈਮ ਫਿਰ ਉਦੋਂ ਤੋਂ ਲਗਾਤਾਰ ਇਹ ਪ੍ਰਿਤ ਜਿਹੜੀ ਚੱਲੀ ਜਾ ਰਹੀ ਹੈ ਨਵਾਂ ਸਾਲ ਦਾ ਪਹਿਲਾ ਕੇਕ ਸਾਡੇ ਜਿਹੜਾ ਸੁਪਨਿਆਂ ਦੇ ਘਰ 'ਚ ਇੱਦਾਂ ਕੱਟਿਆ ਕਿਸੇ ਬੱਚੇ ਦਾ ਪਹਿਲੇ ਜਨਮ ਦਿਨ ਦਾ ਤੇ ਨਾਲ ਪ੍ਰਸ਼ਾਦਾ ਉਹ ਰਾਜਵੰਤ ਦੇ ਪਰਿਵਾਰ ਵੱਲੋਂ ਘੋਲੀਏ ਤੋਂ ਹੋਇਆ ਸੀਗਾ ਸ਼ੁਰੂ ਤੇ ਪਰ ਇਸ ਵਾਰ ਦਾ ਅਫਸੋਸ ਆ ਕਿਉਂਕਿ ਬੱਚੇ ਇਸ ਵਾਰ ਕਰਤਾਰਪੁਰ ਗਏ ਹੋਏ ਸੀਗੇ ਲਾਂਘੇ ਤੇ ਟੱਪ ਕੇ ਤੇ ਇਸ ਵਾਰ 1 ਤਰੀਕ ਨੂੰ ਇਹ ਆ ਨਹੀਂ ਸਕੇ ਗੁਰਫਤਿਹ ਹੋਣੀ ਉਹ ਪੈਂਡਿੰਗ ਆ ਸਾਡਾ ਹਜੇ ਕੇਕ ਕੱਟਾਂਗੇ ਅਸੀਂ ਉਹ ਵੀ ਪਰ ਗੁਰੂ ਮਹਾਰਾਜ ਅੱਗੇ ਅਸੀਂ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਾਡੇ ਗੁਰਫਤਿਹ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਹਰਸਿਮਰਨ ਨੂੰ ਵੀ ਸਾਡੇ ਨੂੰ ਚੜ੍ਹਦੀ ਕਲਾ ਬਖਸ਼ੇ ਹਰਸਿਮਰਨ ਦਾ ਸਾਡੇ ਦਾ ਬਰਥਡੇ ਅੱਜ ਆ ਜਾਓ ਬੱਚਿਓ ਹੈਪੀ ਬਰਥਡੇ ਟੂ ਹੈਪੀ ਬਰਥਡੇ ਹਰਸੀਰਤ ਹੈਪੀ ਬਰਥਡੇ ਸੁਪ੍ਰੀਤ ਕੌਰ ਜਪਜੀਤ ਕੌਰ ਹੈਪੀ ਬਰਥਡੇ ਰੋਮੀ ਪੁੱਤ ਹੈਪੀ ਬਰਥਡੇ ਗੁਰਫਤਿਹ
ਗੁਰਫਤਿਹ ਦਾ ਜਿਹੜਾ ਕੇਕ ਆ ਉਹ ਅਸੀਂ ਪਲੇਟ ਫੜਾਓ ਪੁੱਤ ਆਪਣੇ ਵੱਲੋਂ ਕੱਟ ਰਹੇ ਹਾਂ ਭਾਈ ਗੁਰਫਤਿਹ ਸਿਆਂ ਤੇਰੀ ਗੈਰ ਹਾਜ਼ਰੀ ਲੱਗ ਗਈ ਆ ਇਸ ਵਾਰ ਤੇ ਤੂੰ ਆ ਕੇ ਜਾਣਾ ਸਾਡੇ ਕੋਲ ਤੇ ਸੁਪ੍ਰੀਤ ਕੌਰ ਦਾ ਵੀ ਜਨਮ ਦਿਨ ਆ ਜਪਜੀਤ ਕੌਰ ਦਾ ਵੀ ਜਨਮ ਦਿਨ ਆ ਤੇ ਅਸੀਂ ਸਭ ਤੋਂ ਪਹਿਲਾਂ ਤਾਂ ਹਰਸਿਮਰਨ ਨੂੰ ਬੁਲੇ ਸੋ ਨਿਹਾਲ ਤੇ ਹਰਸੀਰਤ ਦੀ ਥਾਂ ਤੇ ਅਸੀਂ ਆਰਤੀ ਨੂੰ ਕੇਕ ਖਵਾਵਾਂਗੇ ਹਰਸੀਰ ਤੇਰਾ ਭਾਈ ਕੇਕ ਆਰਤੀ ਖਾ ਗਈ ਗੁਰਫਤਿਹ ਸਿੰਘ ਦੀ ਥਾਂ ਤੇ ਅਸੀਂ ਕੇਕ ਖਵਾਵਾਂਗੇ ਹਰਮਨ ਨੂੰ ਬੁਲੇ ਸੋ ਨਿਹਾਲ ਹੁਣ ਸੁਪ੍ਰੀਤ ਕੌਰ ਸੁਪ੍ਰੀਤ ਕੌਰ ਸਾਡੀ ਸੁਮਨ ਸਾਡੀ ਆ ਗਈ ਜਪਜੀਤ ਕੌਰ ਜਪਜੀਤ ਕੌਰ ਸਾਹਿਬਜੋਤ ਤੇ ਫੇਰ ਹੁਣ ਕੌਣ ਆ ਗਿਆ ਹੁਣ ਆ ਗਿਆ ਰੋਮੀ ਰੋਮੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਚਲੋ ਦੰਦ ਨੀ ਕਰਨੇ ਇਹ ਜੀ ਸਾਡੇ ਰੱਬ ਰੂਪ ਬੱਚੇ ਨੇ ਓਏ ਆ ਜਾ ਭਾਈ ਆ ਜਾ ਆ ਜਾ ਟਰਾਲੀ ਟਰਾਲੀ ਕਿੱਥੇ ਟਰਾਲੀ 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 ਲਓ ਵੀ ਕਰਨ ਕੇ ਖਵਾਓ ਹਰਸਿਮਰਨ ਨੂੰ ਯਾਰ ਨਾਲੇ ਰੋਮੀ ਨੂੰ ਚਮਚ ਚੇਂਜ ਕਰੀ ਚੱਲਿਓ ਹਲੋ ਵੀਰੇ ਰੋਮੀ ਨੂੰ ਤੇ ਹਰਸਿਮਰਨ ਨੂੰ ਖਵਾ ਦਿਓ ਕੇਕ ਹਨਾ ਤੇ ਪਾਲ ਦਾ ਵੀ ਜੀ ਬਸ ਛੇਤੀ ਕੇਕ ਕੱਟਿਆ ਜਾਣਾ ਆਇਆ ਪੁੱਤ ਭੁਪਿੰਦਰਪਾਲ ਸਿੰਘ ਜੀ ਸਾਡੇ ਇੰਗਲੈਂਡੀਏ ਭਾਈ ਸਾਹਿਬ ਵੀ ਆ ਕੇ ਨਾਲ ਕੇਕ ਛਕਾਉਣਗੇ ਰੋਮੀ ਨੂੰ ਤੇ ਹਰਸਿਮਰਨ ਨੂੰ ਆਓ ਆ ਜਾਓ ਇੱਥੇ ਆ ਜਾਓ ਇਹ ਸਾਡੇ ਬਾਈ ਜੀ ਆ ਜੀ ਭੁਪਿੰਦਰਪਾਲ ਸਿੰਘ ਜੀ ਅੱਗੇ ਵੀ ਦੱਸਿਆ ਜਾਣਕਾਰੀ ਦਿੱਤੀ ਹੈ ਯੂਕੇ ਤੋਂ ਆਏ ਹੋਏ ਨੇ ਸਾਡੇ ਕੋਲੇ ਸੇਵਾ ਕਰਾਉਣ ਲਈ ਕਰੀਬ ਕਿਹੜੀ ਤਰੀਕ ਨੂੰ ਆਏ ਸੀ ਜੀ ਤੁਸੀਂ ਇੱਥੇ ਆ ਕੇ ਇੰਨੇ ਮਿਕਸ ਅਪ ਹੋ ਗਏ ਜੀ ਇਹ ਭੁੱਲ ਹੀ ਗਏ ਅੱਜ ਮੈਂ ਇਹਨਾਂ ਨੇ ਘਰੇ ਗੱਲ ਕਰਦੇ ਸੀ ਆਪਣੀ ਵਾਈਫ ਦੇ ਨਾਲ ਉਹ ਉਧਰਲੇ ਬੋਰਨ ਨੇ ਸਪੇਨ ਦੇ ਆ ਹਨਾ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਣ ਬਹੁਤ ਵਧੀਆ ਸਾਨੂੰ ਤੇ ਬੜਾ ਚੰਗਾ ਮਹਿਸੂਸ ਹੋਇਆ ਸੀ ਉਹਨਾਂ ਨੂੰ ਵੀ ਥੈਂਕ ਯੂ ਕੀਤਾ ਵੀ ਤੁਸੀਂ ਇਹਨਾਂ ਨੂੰ ਇੰਨਾ ਟਾਈਮ ਫ੍ਰੀ ਕੀਤਾ ਜਿਹੜਾ ਇਹ ਸਾਡੇ ਕੋਲ ਆਏ ਹੋਏ ਨੇ ਤੇ ਇਹ ਕਰਮਾਂ ਵਾਲੇ ਹੁੰਦੇ ਨੇ ਭਾਗਾਂ ਵਾਲੇ ਲੋਕ ਹੁੰਦੇ ਨੇ ਉਹ ਜਿਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਥੀ ਰਹਿ ਕੇ ਇੱਥੇ ਗਰਾਊਂਡ ਲੈਵਲ ਤੇ ਸੇਵਾ ਕਰਨੀ ਹਨਾ ਇੱਥੇ ਰਹਿ ਕੇ ਕਮੀਆਂ ਲੱਭਣ ਦੀ ਬਜਾਏ ਚੰਗਾਈਆਂ ਲੱਭ ਰਹੇ ਨੇ ਹਨਾ ਤੇ ਜਿਹੜੀਆਂ ਚੰਗੀਆਂ ਚੀਜ਼ਾਂ
कर सकते ने पूरा जतन करते ने उन्हें करन दा जिथे कि कमी है ठीक करने का खुद जतन करते ना कि कमियां लभ रहे हैं। इस तरह के मैंबर आ जिहड़े ना इस टाइम लोड़ आ साडी संस्था नूं बहुत ज्यादा जिहदे विच चंगे सोच वाले लोग चंगे इंटेलैक्चुअली लोग चंगे राइटर लिखण वाले जिहड़े इन्हां दीआं भावनावां नूं व्यक्त करन लिखण पेपर ते लैके आउण चंगे पेंटर जिहड़े पेंटिंग दे रूप विच इन्हां लोकां दीआं तस्वीरां नूं आपां उकेर सकीए आउण वाले भविख वास्ते चंगे पढ़े लिखे लोग जिहड़े नूं मैनेजमेंट नूं इस चीज़ नूं संभाल सकण। असी कोई मैनेजर नहीं है एम डी कोई एम बी पी की कहिंदे हुंदे आ उह एम बी ए करन वाले कीती होई नहीं साडे अजे तां दस पढ़े हुए बंदे आ जी परमात्मा ही कर रहा है उही एम बी ए करा करा के सच्चे पातशाह ने साडा दिमाग एम बी ए वर्गा करिया पिया पर सानूं बड़ी जरूरत है इस टाइम जिहड़े एडे वड्डे स्ट्रक्चर नूं मैनेज करन वास्ते चंगे यानी कि होनहार बच्चे बच्चियां दी लोड़ आ सानूं जी जरूर भैन भरा साढ़े ध्यान देन। जॉब तो तुसीं कितें भी कर सकते हो पर इत्थे इह जिहड़ी जॉब नहीं इह उस वाहिगुरु की कृपा होगी इह सेवा वा जिहड़ी तुसीं भावना ना करोगे उह सेवा वा जे तुसीं कमर्शियल सिस्टम च भी रह के नौकरी करोगे उह नौकरी आ। सानूं इत्थे नौकरी वास्ते नहीं चाहिए सानूं इत्थे भावना वाले बंदे चाहिए सेवा वास्ते पर उन्हां दी किरत कमाई उन्हां नूं मिलेगी जरूर चाहे वह डॉक्टरी लाइन के हों चाहे वह हिसाब किताब वाले लाइन च हो चाहे कंप्यूटर सिस्टम वाली लाइन च हो चाहे स्पैशल टीचर चाहिए सानू छोटे बच्चे जो मंद बुद्धि उन्होंने केयर वास्ते यानी कि हर तरीके के लोगों की जरूरत है सानू इतने तुम जरूर अप्रोच करो इन्ह नंबर से साडा सतन क्या 98783000071 यह नंबर स्पैशल नंबर आ साडा 98783000071 ये दूजी कॉल नहीं कोई करो ये सिर्फ तो सिर्फ जिहड़ी बंदियां दी सानूं जरूरत आ उन्हां बारे उह गल करनगे तुहाडे नाल। बहुत धन्नवाद जी तुहाडा कल नूं कैंप आ ठंड भी बहुत आ धुंद भी बहुत ज़्यादा देखो साडी स्ट्रीट लाइट लगी हुई आ उपर ये भी नहीं दिखाई दे रही पर महाराज तंदुरुस्ती दे नाल सच्चे पातशाह पूरा करवाउण कल नूं कैंप जिन्ने भी लोग कल नूं कैंप च आउणगे दवाइयां लैण उह भी सुख शांति नाल आपो अपने घरां नूं पहुंचण दवाइयां लै के ਤੇ ਉਹਨਾਂ ਦੇ ਜਿਹੜੇ ਮਰੀਜ਼ ਆ ਉਹ ਠੀਕ ਹੋਣ ਸੱਚੇ ਪਾਤਸ਼ਾਹ ਵਾਹਿਗੁਰੂ ਸਰਬੱਤ ਦਾ ਭਲਾ ਕਰਨ। ਤੇ ਅੱਜ ਸਾਡੇ ਬਲਵਿੰਦਰ ਸਿੰਘ ਰੋਮੀ ਵੀਰ ਦਾ ਜਨਮ ਦਿਨ ਆ ਉਹਨੂੰ ਵਾਹਿਗੁਰੂ ਲੰਬੀ ਜ਼ਿੰਦਗੀ ਬਖਸ਼ਣ। ਸਾਡਾ ਹਰਸਿਮਰਨ ਸਿੰਘ ਆ ਪੁੱਤ ਇਹਨੂੰ ਲੰਬੀ ਜ਼ਿੰਦਗੀ ਬਖਸ਼ਣ। ਸਾਡੀ ਹਰਸੀਰਤ ਕੌਰ ਆ ਕੌਂਕਿਆਂ ਤੋਂ ਸਾਡੀ ਧੀ ਰਾਣੀ ਉਹਨੂੰ ਮਹਾਰਾਜ ਲੰਬੀ ਜ਼ਿੰਦਗੀ ਬਖਸ਼ਣ। ਸਾਡੇ ਸੁਪ੍ਰੀਤ ਕੌਰ ਤੇ ਜਪਜੀਤ ਕੌਰ ਸਾਡੇ ਕਮਲਪ੍ਰੀਤ ਸਿੰਘ ਆ ਟੀਮ ਦੇ ਮੈਂਬਰ ਉਹਨਾਂ ਦੀਆਂ ਬੱਚੀਆਂ ਦਾ ਜਨਮ ਦਿਨ ਉਹਨਾਂ ਨੂੰ ਵੀ ਵਾਹਿਗੁਰੂ ਲੰਬੀ ਜ਼ਿੰਦਗੀ ਬਖਸ਼ਣ। ਤੇ ਸਾਡਾ ਭਤੀਜਾ ਗੁਰਫਤਿਹ ਸਿੰਘ ਸਾਡਾ ਪੁੱਤ ਘੋਲੀਏ ਤੋਂ ਉਹਨੂੰ ਵੀ ਵਾਹਿਗੁਰੂ ਜੀ ਲੰਬੀ ਜ਼ਿੰਦਗੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਹੈਪੀ ਹੈਪੀ ਨਿਊ ਈਅਰ ਕਹਿਣਾ ਹੈਪੀ 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 ਬਾਏ ਬਾਏ ਸਤਿ ਸ਼੍ਰੀ ਅਕਾਲ।